Hello students, I'm Sameer Kalia, Head Department of Physics, DAV College, Amritsar. Students, we have studied one simple phenomena in our theory class that any current-carrying coil produces magnetic field. Along with this, there is another phenomena which I'm sure you are definitely aware of, is Faraday's law of electromagnetic induction. That is, if flux linked with the coil changes, it produces induced EMF. You must have studied about Faraday's experiment. You see Faraday's experiment padhya hona hai ki agar ek coil hai te ede kol ek magnet hai, agar magnet nu move kariye te induced EMF paida hunda hai. Par eda ulat phenomena vi sach hai. Agar ede jo current vary kariye ya current flow karwaiye, jaruri nahi vary karna, ਉਹ ਕਰੰਟ ਦਾ ਇੱਕ ਆਪਣਾ ਮੈਗਨੈਟਿਕ ਫੀਲਡ ਪੈਦਾ ਹੋਏਗਾ ਜਿਹੜਾ ਇਸ ਮੈਗਨੈਟ ਨੂੰ ਮੂਵ ਕਰ ਸਕਦਾ ਹੈ, ਰਿਪੈਲ ਕਰ ਸਕਦਾ ਹੈ, ਅਟਰੈਕਟ ਕਰ ਸਕਦਾ ਹੈ। ਅਗਰ ਇਹਦੇ ਵਿੱਚ ਕਰੰਟ ਲਗਾਤਾਰ ਵੇਰੀ ਕਰਦਾ ਰਹੇ ਤੇ ਕੋਰਸਪੋਂਡਿੰਗਲੀ ਮੈਗਨੈਟ ਵੀ ਮੂਵ ਕਰ ਸਕਦਾ ਹੈ। ਇਸ ਫੀਨੋਮੀਨਾ ਤੇ ਬੇਸਡ ਹੈ ਦੁਨੀਆ ਦੇ ਸਾਰੇ ਐਡਵਾਂਸ ਜਾਂ ਸਿੰਪਲ ਮਾਈਕਸ ਜਾਂ ਸਾਰੇ ਦੇ ਸਾਰੇ ਸਪੀਕਰਸ। ਹਰ ਤਰ੍ਹਾਂ ਦਾ ਸਪੀਕਰ, ਹਰ ਤਰ੍ਹਾਂ ਦਾ ਮਾਈਕ ਅਲਟੀਮੇਟਲੀ ਇਸੇ ਫੀਨੋਮੀਨਾ ਤੇ it comes down to this basic phenomenon. So let's see ke ek kis tarah kaam karte hain. I have made a very simple speaker for you. We'll enjoy a song using this speaker. Lekin us to pehle thoda ja assi concept nu samajh paiye how the things work. Think of a mic. How does a mic work? Let's say this is a mic. ਇਹਦੇ ਸਾਹਮਣੇ ਕੋਈ ਆਦਮੀ ਇੱਕ ਸੌਂਗ ਬੋਲ ਰਿਹਾ, ਸਪੀਕਿੰਗ ਸੇ ਸਮਥਿੰਗ। ਸਾਊਂਡ ਇਜ਼ ਨਥਿੰਗ ਬਟ ਵਾਈਬ੍ਰੇਸ਼ਨਸ। ਦੀਜ਼ ਵਾਈਬ੍ਰੇਸ਼ਨਸ ਗੋ ਇਨ ਟੂ ਦਾ ਮਾਈਕ। ਮਾਈਕ ਦੇ ਅੰਦਰ ਕੀ ਹੈ? ਇੱਕ ਪੇਪਰ ਲੱਗਾ ਹੋਇਆ, ਇੱਕ ਓਸੀਲੇਟਿੰਗ ਮੈਂਬਰੇਨ ਹੈ ਜਿਹਦੇ ਪਿੱਛੇ ਜਦੋਂ ਸਾਊਂਡ ਮੂਵ ਸਾਊਂਡ ਇਹਨੂੰ ਸਟ੍ਰਾਈਕ ਕਰਦਾ ਤੇ ਉਹ ਮੈਂਬਰੇਨ ਮੂਵ ਕਰਦੀ ਹੈ ਤੇ ਇਹਦੇ ਨਾਲ ਇਸ ਚੈਂਬਰ ਦੇ ਅੰਦਰ ਦਾ ਪ੍ਰੈਸ਼ਰ ਵੀ ਚੇਂਜ ਕਰਦਾ। ਇਹ ਪ੍ਰੈਸ਼ਰ ਇੱਕ ਮੈਗਨੈਟ ਨੂੰ ਮੂਵ ਕਰਦਾ ਹੈ। ਜਦੋਂ ਮੈਗਨੈਟ ਮੂਵ ਕਰਦਾ ਤੇ ਫੈਰਾਡੇ ਲਾਅ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਨਾਲ ਇਸ ਕੋਇਲ 'ਚ ਕਰੰਟ ਪੈਦਾ ਹੁੰਦਾ। ਉਹ ਕਰੰਟ ਬਹੁਤ ਹੀ ਸਮਾਲ ਹੁੰਦਾ, ਲੇਕਿਨ ਉਹ ਕਰੰਟ ਐਨਾਲੋਗਸ ਹੁੰਦਾ ਜੋ ਸਾਊਂਡ ਵੇਵਸ ਹੈ ਬਿਲਕੁਲ ਐਗਜੈਕਟਲੀ ਉਹਦੇ ਨਾਲ। ਅਗਰ ਸਾਊਂਡ ਦਾ ਐਂਪਲੀਟਿਊਡ ਘੱਟ ਹੈ ਤੇ ਕਰੰਟ ਵੀ ਘੱਟ ਹੈ, ਅਗਰ ਐਂਪਲੀਟਿਊਡ ਜ਼ਿਆਦਾ ਹੈ ਤੇ ਕਰੰਟ ਵੀ ਜ਼ਿਆਦਾ ਹੈ। ਤਾਂ ਮੇਰੇ ਕੋਲ ਇੱਕ ਸਿਗਨਲ ਪੈਦਾ ਹੋਇਆ, ਇਲੈਕਟ੍ਰੀਕਲ ਸਿਗਨਲ ਮਾਈਕ ਦੇ ਪਿੱਛੇ, ਜਿਹੜਾ ਕੰਪਲੀਟਲੀ ਐਨਾਲੋਗ ਹੈ, ਐਨਾਲੋਗਸ ਹੈ ਟੂ ਦੀ ਸਾਊਂਡ ਵੇਵਸ। ਨਾਓ ਲੈਟ ਅਸ ਸੀ ਇਹ ਸਾਊਂਡ ਵੇਵਸ, ਇਹ ਇਲੈਕਟ੍ਰੀਕਲ ਸਿਗਨਲ ਨੂੰ ਅਸੀਂ ਕੀ ਕਰ ਸਕਦੇ ਹਾਂ। ਇਸ ਇਲੈਕਟ੍ਰੀਕਲ ਸਿਗਨਲ ਨੂੰ ਦੁਬਾਰਾ ਇੱਕ ਸਪੀਕਰ ਨੂੰ ਦਿੱਤਾ ਜਾਂਦਾ ਆਫਟਰ ਐਂਪਲੀਫਿਕੇਸ਼ਨ। ਤਾਂ ਸਪੀਕਰ ਦੇ ਅੰਦਰ ਇਸਦਾ ਉਲਟ ਫਿਨੋਮੀਨਾ। ਉਲਟ ਫਿਨੋਮੀਨਾ ਕੀ ਹੈ? ਇੱਕ ਕੋਇਲ ਹੈ ਤੇ ਇੱਕ ਮੈਗਨੇਟ ਹੈ, ਲੇਕਿਨ ਇਸ ਵਾਰੀ ਕਰੰਟ ਅਸੀਂ ਦਿੰਦੇ ਹਾਂ। ਉਹ ਜਿਹੜਾ ਪਿੱਛੋਂ ਇਲੈਕਟ੍ਰੀਕਲ ਸਿਗਨਲ ਵਾਲਾ ਕਰੰਟ ਸੀ, ਉਹ ਕਰੰਟ ਇਸ ਕੋਇਲ ਨੂੰ ਦਿੱਤਾ ਜਾਂਦਾ। ਕੋਇਲ 'ਚ ਮੈਗਨੈਟਿਕ ਫੀਲਡ ਪੈਦਾ ਹੁੰਦਾ ਤੇ ਉਹ ਮੈਗਨੈਟਿਕ ਫੀਲਡ ਇਸ ਮੈਗਨੈਟ ਨਾਲ ਇੰਟਰੈਕਟ ਕਰਦਾ ਐਂਡ ਮੈਗਨੈਟ ਸਟਾਰਟਸ ਓਸੀਲੇਟਿੰਗ। ਮੈਗਨੈਟਸ ਦੀਆਂ ਓਸੀਲੇਸ਼ਨਸ ਨਾਲ ਇੱਕ ਵਾਈਬ੍ਰੇਸ਼ਨਲ ਵੇਵ ਪੈਦਾ ਹੁੰਦੀ ਹੈ, ਜਿਹੜੀ ਵਾਈਬ੍ਰੇਸ਼ਨਲ ਵੇਵ ਇਸ ਮੈਂਬਰੇਨ ਨੂੰ ਓਸੀਲੇਟ ਕਰਾਉਂਦੀ ਹੈ ਤੇ ਐਗਜੈਕਟਲੀ ਉਹ ਹੀ ਸਾਊਂਡ ਦੁਬਾਰਾ ਸੁਣਦਾ ਜੋ ਇੱਥੇ ਮਾਈਕ ਤੇ ਬੋਲਿਆ ਗਿਆ ਸੀ। ਅਸੀਂ ਇਸ ਫਿਨੋਮੀਨਾ ਨੂੰ ਐਗਜੀਕਿਊਟ ਕਰ ਸਕਦੇ ਹਾਂ 20 ਰੁਪੀਸ ਦੇ ਆਪਰੇਟਸ ਨਾਲ। ਮੈਂ ਇਹ ਆਪਰੇਟਸ ਤੁਹਾਡੇ ਲਈ ਸੈੱਟ ਕੀਤਾ ਹੈ। ਲੈਟ ਅਸ ਸੀ। ਆਈ ਹੋਪ ਇਟ ਇਜ਼ ਵਿਜ਼ੀਬਲ ਟੂ ਯੂ। ਤੋ ਅਸੀਂ ਇੱਕ ਮੋਬਾਈਲ ਤੋਂ ਸੌਂਗ ਦਾ ਸਿਗਨਲ ਲਵਾਂਗੇ। ਉਹ ਸੌਂਗ ਦਾ ਸਿਗਨਲ ਵਾਇਰਸ ਦੇ ਥਰੂ ਆਫਟਰ ਐਂਪਲੀਫਿਕੇਸ਼ਨ ਅਸੀਂ ਇੱਥੇ ਭੇਜ ਰਹੇ ਹਾਂ। ਇੱਥੇ ਮੇਰੇ ਕੋਲ ਇੱਕ ਕੋਇਲ ਹੈ, ਉਹ ਕਰੰਟ ਕੋਇਲ 'ਚੋਂ ਜਾਏਗਾ। ਮੇਰੇ ਕੋਲ ਇੱਕ ਮੈਗਨੇਟ ਹੈ, ਮੇਰੇ ਕੋਲ ਰੈਦਰ ਦੋ ਮੈਗਨੇਟ ਹੈ, ਇੱਕ ਛੋਟਾ ਨਿਓਡੀਅਮ ਮੈਗਨੇਟ ਹੈ, ਛੋਟਾ ਮੈਗਨੇਟ ਹੈ, ਇਹ ਇੱਕ ਥੋੜ੍ਹਾ ਜਿਹਾ ਸਟਰੋਂਗਰ ਮੈਗਨੇਟ ਹੈ। ਅਸੀਂ ਪਹਿਲੇ ਪ੍ਰੋਡਿਊਸ ਕਰਕੇ ਦੇਖਦੇ ਹਾਂ ਕਿ ਸਾਨੂੰ ਸਾਊਂਡ ਮਿਲਦਾ ਹੈ ਜਾਂ ਨਹੀਂ। ਮੈਨੂੰ ਮੋਬਾਈਲ ਤੋਂ ਇੱਕ ਸੌਂਗ ਪਲੇ ਕਰ ਰਿਹਾ। ਓਬਵੀਅਸਲੀ ਯੂ ਕੈਨੋਟ ਲਿਸਨ ਟੂ ਦਿਸ ਸਾਊਂਡ, ਕਿਉਂਕਿ ਉਸ ਸਾਊਂਡ ਜਿਹੜਾ ਉਹ ਹਲੇ ਆਇਆ ਹੀ ਨਹੀਂ। ਕੋਇਲ 'ਚੋਂ ਕਰੰਟ ਤਾਂ ਜਾ ਰਿਹਾ, ਲੇਕਿਨ ਕੋਈ ਮੈਗਨੇਟ ਨਹੀਂ ਹੈ ਉਹਦੇ ਨਾਲ ਇੰਟਰੈਕਟ ਕਰਨ ਲਈ, ਤਾਂ ਕੋਈ ਮੈਗਨੈਟਿਕ ਫੀਲਡ ਨਹੀਂ ਹੈ, ਇਸ ਕਰਕੇ ਓਸੀਲੇਸ਼ਨਸ ਪੈਦਾ ਨਹੀਂ ਹੋਈਆਂ। ਲੇਕਿਨ ਜਦੋਂ ਹੀ ਮੈਂ ਮੈਗਨੇਟ ਇੱਥੇ ਰੱਖ ਦਾਂਗਾ, ਆਈ ਐਮ ਸ਼ੋਰ
you are probably listening to the sound. अगर मैं मैग्नेट रिमूव कर लां, साउंड आना बंद है, दोबारा रख दें। इनू असी दोबारा तो ट्राई कर दें स्ट्रोंगर मैगनेट नाल। आई एम श्योर यू कैन लिसन टू द म्यूजिक। एज आई मूव द मैगनेट अवे, द साउंड गोज अवे। दिस इज a very simple phenomena. Asi innu latch paper speaker kehne aa. Paper speaker is karke kyunki coil te magnet to ilawa ek bada important role play kar reha hai oh paper jide utte onu paste kita gaya, jehda ke oscillations nu zyada surface area danda hai taki awaaz audible banayi ja sake. ਮੈਨੂੰ ਪੱਕਾ ਯਕੀਨ ਹੈ ਕਿ ਤੁਸੀਂ ਇਹਨੂੰ ਘਰ ਆਪਣੇ 20-25 ਰੁਪਏ ਦਾ ਸਮਾਨ ਕਿਸੇ ਕਬਾੜੀਏ ਕੋਲੋਂ ਖਰੀਦ ਕੇ ਜ਼ਰੂਰ ਇੱਕ ਪੇਪਰ ਸਪੀਕਰ ਬਣਾ ਕੇ ਇਹ ਕਨਸੈਪਟ ਨੂੰ ਵੈਰੀਫਾਈ ਕਰੋਗੇ। ਥੈਂਕ ਯੂ, ਥੈਂਕਸ ਫੋਰ ਲਿਸਨਿੰਗ।